ਤੁਸੀਂ ਵਾਈਫਾਈ ਕੰਮ ਨੂੰ ਮੈਂ ਪਹਿਲੀ ਵਾਰ ਆਇਆ ਬਿਠਾਇਆ ਤੂੰ ਮੈਂ ਤਾਂ ਉਹਨਾਂ ਨੂੰ ਵੀ ਬਿਠਾਇਆ ਇਹ ਧਿਆਨ ਕਾ ਪੀਣ ਲੱਗ ਮੇਰੀ ਬਣਾ ਵੀਡੀਓ ਦੇਖੋ ਇੱਕ ਨਾ ਡਿਫਰੈਂਟ ਜਿਹੀ ਚੀਜ਼ ਇੱਥੇ ਦੇਖਣ ਨੂੰ ਮਿਲੀ ਆ ਪਰ ਹੈ ਪਤਾ ਨਹੀਂ ਕੀ ਆ ਨਾ ਤਾਂ ਇਹ ਮਸ਼ਰੂਮ ਲੱਗ ਰਹੇ ਨੇ ਅਤੇ ਨਾ ਇਹ ਪਤਾ ਨਹੀਂ ਸਮਝ ਨਹੀਂ ਆ ਰਿਹਾ ਕਟਹਲ ਦੇ ਦਰਖਤ 'ਤੇ ਲੱਗਿਆ ਹੋਇਆ ਇਹ ਇੱਕ ਆਹ ਚੀਜ਼ ਵੀ ਪਤਾ ਨਹੀਂ ਕੀ ਆ ਵਾਈਟ ਵਾਈਟ ਤਾਰ ਤਾਰ ਨਹੀਂ ਪਤਾ ਨਹੀਂ ਕੀ ਆ ਅੱਧੀ ਜੜੀ ਹੋਈ ਆ ਹੈ ਪਤਾ ਨਹੀਂ ਜੜੀ ਢਾਈ ਹਾਂ ਉਹ ਤਾਂ ਸ਼ਾਇਦ ਤਾਰ ਹੀ ਆ ਉੱਪਰ ਵਾਲੀ ਤਾਂ ਆਹ ਥੱਲੇ ਵਾਲਾ ਪਤਾ ਨਹੀਂ ਕੀ ਤਾਰ ਕਿੱਥੋਂ ਆ ਰਹੀ ਆ ਉਹ ਤਾਂ ਦੇਖੋ ਮੰਮਾ ਸਬਜ਼ੀ ਮੰਡੀ ਆ ਮੈਂ ਕਿ 2 ਮਹੀਨੇ ਬਾਅਦ ਮੰਮੀ ਨਾਲ ਸਬਜ਼ੀ ਮੰਡੀ ਆਈ ਹੈ ਕਿਉਂਕਿ ਮੈਂ 2 ਮਹੀਨੇ ਤੋਂ ਆਈ ਨਹੀਂ ਹੈਗੀ ਆਹ ਕਟਹਲ ਆ ਇਹ ਹੈਗਾ 40 ਰੁਪਏ ਅੱਧਾ ਕਿਲੋ ਮੀਨ 60 ਰੁਪਏ ਨਹੀਂ 80 ਰੁਪਏ ਕਿਲੋ ਸਬਜ਼ੀਆਂ ਮਹਿੰਗੀਆਂ ਨੇ ਅੰਬ ਵੀ ਹੈਗੇ ਨੇ 60 ਰੁਪਏ ਕਿਲੋ ਮੰਮੀ ਫਰੂਟਸ ਲੈ ਰਹੇ ਨੇ ਹੁਣ ਕੇਲਾ ਐਕਚੁਲੀ ਮੈਂ ਤਾਂ ਖਾਂਦੀ ਨਹੀਂ ਪਰ ਮੰਮਾ ਹੋਣਾ ਨੂੰ ਬਾਕੀ ਜਪਨੀਤ ਹੋਣਾ ਨੂੰ ਪਸੰਦ ਆ ਜਪਨੂਰ ਹੋਣਾ ਨੂੰ ਮੰਮੀ ਕੇਲੇ ਲੈ ਰਹੇ ਨੇ ਅੰਬ ਵੀ ਵਧੀਆ ਨੇ ਆਹ ਵਾਲੇ ਇਹ 100 ਦੇ ਡੇਢ ਨਹੀਂ 100 ਦੇ ਡੇਢ ਕਿਲੋ ਅਤੇ ਆਹ 100 ਦੇ 3 ਕਿਲੋ ਕੇਲੇ ਦੇਖੋ ਮੰਮਾ ਅੱਜ ਹੁਣ ਸਵੇਰੇ ਸਾਜਰੇ ਉੱਠ ਗਏ ਸੀਗੇ 5 ਵਜੇ ਅਤੇ ਉਹਨਾਂ ਨੇ ਆਪਣਾ ਪਾਠ ਕਰ ਲਿਆ ਸੀ ਅਤੇ ਹੁਣ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਦੇਖੋ ਅਸੀਂ ਕਦੋਂ ਦੇ ਵੇਟ ਕਰਦੇ ਸੀ ਨਾ ਮੰਮੀ ਦੀ ਕਿ ਮੰਮੀ ਨੂੰ ਘਰ ਦੇ ਅੰਬ ਖਿਲਾਉਣੇ ਨੇ ਅਸੀਂ ਮਸਾਂ ਸਾਂਭ ਸਾਂਭ ਰੱਖੇ ਨੇ ਵੀ ਖਰਾਬ ਨਾ ਹੋ ਜਾਣ ਛੇਤੀ ਨਾ ਪੱਕ ਜਾਣ ਸਾਨੂੰ ਐਂ ਸੀ ਵੀ ਬਸ ਮੰਮੀ ਦੇ ਆਉਂਦਿਆਂ ਨੂੰ ਪੱਕਣ ਆਹ ਦੇਖੋ ਇਹ ਸਵੇਰ ਸਵੇਰੀ ਅੰਬ ਡਿੱਗਿਆ ਉੱਥੇ ਬਾਹਰ ਅਤੇ ਮੰਮਾ ਨੂੰ ਹੁਣ ਖਿਲਾਉਣ ਲੱਗੇ ਹਾਂ ਇੱਕ ਆਹ ਦੇਖੋ ਘਰ ਦੇ ਅੰਬ ਸਾਨੂੰ ਬਹੁਤ ਵੇਟ ਸੀ ਮੰਮਾ ਦੀ ਮੰਮਾ ਕਿਵੇਂ ਲੱਗ ਰਿਹਾ ਆਪਣੇ ਘਰ ਦੇ ਅੰਬ ਦੇਖ ਕੇ ਵਧੀਆ ਨੇ ਨਾ ਆਹ ਦੇਖੋ ਜਦੋਂ ਡਿੱਗਦੇ ਨੇ ਨਾ ਫਿਰ ਉਦੋਂ ਫਟ ਜਾਂਦੇ ਨੇ ਪੱਕੇ ਜ਼ਿਆਦਾ ਕਰਕੇ ਵਾਹ ਕਿੰਨਾ ਫਰੈਸ਼ ਅੰਬ ਆ ਲਓ ਮਾ ਆ ਲਓ ਚਮ ਚੱਲਿਆ ਨੂੰ ਆ ਲਓ ਖਾ ਕੇ ਦੱਸੋ ਹੁਣ ਕਿਵੇਂ ਆ ਖਾਓ ਮੈਨੂੰ ਨਹੀਂ ਪਤਾ ਮੇਰੇ ਸਾਹਮਣੇ ਖਾਓ ਮੰਮਾ ਨੂੰ ਤੰਗ ਲੱਗਦੀ ਹੈ ਕਹਿੰਦੇ ਮੈਂ ਨਹੀਂ ਖਾਣਾ ਖਾਓ ਖਾਓ ਕਿਵੇਂ ਮਿੱਠਾ ਨਾ ਬਿਲਕੁਲ ਮਿੱਠੇ ਹਾਂ ਐਕਚੁਲੀ ਨਾ ਅੰਬ ਚੁੱਪਣ ਵਾਲੇ ਅੰਬ ਨੇ ਨਾ ਇਹ ਅਤੇ ਮਿੱਠੇ ਬਹੁਤ ਨੇ ਹਾਂ ਦੇਖੋ ਪੂਰਾ ਪੱਕਿਆ ਹੋਇਆ ਔਰ ਇਹਦੀ ਖੁਸ਼ਬੂ ਇੰਨੀ ਵਧੀਆ ਨਾ ਓਰੀਜਨਲ ਜਿਵੇਂ ਅੰਬ ਹੁੰਦੇ ਨੇ ਉਵੇਂ ਦੀ ਆ ਵਧੀਆ ਵਧੀਆ ਆਏ ਸੀ ਹਾਂ ਵਧਾਈਆਂ ਤੁਹਾਨੂੰ ਰੋਟੀ ਕਿਹੜੀ ਆ ਇਹ
ਸ਼ੂਗਰ ਫ੍ਰੀ ਰੋਟੀ, ਸ਼ੂਗਰ ਫ੍ਰੀ ਆਟੇ ਦੀ ਰੋਟੀ ਹੈ ਵੀ ਵੱਡੇ ਲੋਕ ਕੈਨੇਡਾ ਤੋਂ ਆਏ ਨੇ, ਸ਼ੂਗਰ ਫ੍ਰੀ ਰੋਟੀਆਂ ਖਾਂਦੇ ਨੇ, ਅਸੀਂ ਤਾਂ ਹੀ ਖਾ ਲੈਂਦੇ ਹਾਂ। ਦੇਖੋ ਤੇ ਮੇਰਾ ਹਾਲ ਦੇਖੋ ਤੇ ਉਹਦਾ ਦੇਖ ਲਓ, ਹੁਣ ਕੀ ਕਰੀਏ ਪਾਪੀ ਪੇਟ ਕਰ। ਇਹ ਛੋਟੀ ਹੁੰਦੀ ਵੀ ਨਾ ਇੱਥੇ ਅਸੀਂ ਕਿਚਨ 'ਚ ਕੰਮ ਕਰਦੇ ਹੁੰਦੇ ਸੀ, ਬੜਾ ਵਧੀਆ ਲੱਗਦਾ ਹੁੰਦਾ ਸੀਗਾ, ਹੁਣ ਵੀ ਸਾਨੂੰ ਉਵੇਂ ਫੀਲ ਹੋ ਰਿਹਾ। ਮੈਨੂੰ ਤਾਂ ਐਂ ਲੱਗਦਾ ਜਿਵੇਂ ਮੈਂ ਬਾਹਰ ਗਈ ਨਹੀਂ ਹੁੰਦੀ। ਸਹੀ ਆ। ਦੇਖੋ ਸਾਰੇ ਇਹਦੇ ਖਾਣਾ ਖਾ ਰਹੇ ਹਾਂ, ਇਹ ਖਾ ਕੇ ਖਿਲਾ ਕੇ ਫ੍ਰੀ, ਮੈਂ ਹਜੇ ਖਾਣਾ, ਦੀਦੀ ਵੀ ਖਾ ਰਹੇ ਨੇ, ਸ਼ਰਨਦੀਪ ਨੂੰ ਗਾਓ। ਹੋਰ ਵਿਸ਼ਨੂੰ ਖਾ ਲਿਆ ਤੁਸੀਂ? ਚੱਕ ਕੇ ਫਿਰ ਖੁਸ਼ ਹੋ ਜਾਂਦਾ ਜਸਪਰ। ਤਾਂ ਇੱਧਰ ਦੇਖੀ, ਓਏ ਓਏ ਫੜ ਲਿਆ ਫੜ ਲਿਆ ਫੋਨ ਫੜ ਲਿਆ, ਉਹ ਚੱਕ ਲਿਆ ਬਈ। ਚੱਕ ਲਿਓ ਬਈ, ਉਹ ਲੈ ਲਓ ਫੋਨ ਲੈ ਲਓ। ਕਿੱਥੇ ਆ ਕਿੱਥੇ ਆ, ਓਏ ਓਏ ਇੱਕ ਕਰ ਕੀ ਰਿਹਾ ਇਹ? ਅੱਛਾ ਥੱਲੇ ਬੈਠ ਰਿਹਾ, ਉਹਨੂੰ ਤਰਸ ਦਾ ਨਾ ਪਤਾ ਨਹੀਂ। ਆ ਜਾਓ, ਆ ਲੈ ਲੋ ਜਸਪ੍ਰਤਾਪ, ਆ ਲੈ ਲੋ ਮੇਰੇ ਕੋਲੋਂ, ਆ ਲੈ ਲੋ, ਆ ਲੈ ਲੋ ਆਸ਼ੀ, ਇੱਧਰ ਆਸ਼ੀ ਆਸ਼ੀ ਆਸ਼ੀ। ਕੀ ਨੈਣਾ ਛੀ ਮੇਰਾ ਬੀਬੀ, ਓਏ 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 ਖੜੇ ਹੋ ਗਿਆ, ਓਏ ਖੜੇ ਹੋ ਗਿਆ, ਓਏ ਓਏ ਵੈਰੀ ਗੁੱਡ, ਓਏ ਆਈਡੀਆ ਹੋ ਗਿਆ, ਉਹ ਅੱਡੀਆਂ ਅੱਡੀਆਂ ਚੱਕ ਚੱਕ ਦੇਖਦਾ। ਦੇਖੋ ਬੇਬੀ ਕੀ ਖਾਣਾ ਤੁਸੀਂ? ਮਿਰਚੀ ਖਾਓ, ਭੁੱਖ ਲੱਗੀ ਭੁੱਖ? ਕੋ ਦੇ ਦੋ ਦੇ ਦੋ, ਲਓ ਮੈਨੂੰ ਦੇ ਦੋ, ਬੋਲੋ। ਅੱਛਾ ਇਹ ਆ ਦੇਖੋ, ਇਹ ਸਟਾਪ ਸਟਾਪ ਕਰ ਦੋ, ਓਏ ਇਹ ਬਸ ਕੀ ਬੋਲਦੇ ਸੀ? ਅਰੇ ਕੋ ਸਟਾਪ, ਦੇਖਾ ਇੱਧਰ ਦੇਖੀ ਇੱਧਰ ਦੇਖੀ, ਲਿਆ ਮੈਨੂੰ ਦੇ ਦੋ ਦੇ ਦੋ, ਇੱਥੇ ਦੇ ਦੋ, ਡੀਪੀ ਭੂਆ ਨੂੰ ਦੇ ਦੋ। ਰਿਪੀ ਦੇ ਨੂੰ ਨਾ ਮੈਂ ਹੁਣ ਦੇਖ ਲਓ, ਇੰਨੇ ਦੁਪਹਿਰੇ ਗਰਮੀ ਦੇ ਵਿੱਚ ਇਹਨਾਂ ਨੂੰ ਗਰਮੀ ਮਨਾਉਣ ਲੈ ਕੇ ਚੱਲੀ ਆ ਮਾਰਕੀਟ। ਕੋਈ ਨੀ, ਆ ਇੰਤਜ਼ਾਮ ਕੀਤਾ ਹੋਇਆ ਇਹਨਾਂ ਦਾ, ਇਹ ਵੀ ਆਪਦੇ ਲਈ ਲੈ ਕੇ ਚੱਲੀ, ਮੈਨੂੰ ਥੋੜੀ ਦੇਣਾ ਨੇ। ਦਿਖਾ ਰਹੀ ਹਾਂ ਤੁਹਾਨੂੰ ਵੀ ਏਦਾਂ ਪੀਣਾ, ਸਿਖਾਉਂਗੀ ਅੱਜ ਇਹਦੀ ਟ੍ਰੇਨਿੰਗ ਦਊਂਗੀ ਤੁਹਾਨੂੰ ਭਾਈ ਵਾਂਗੂ, ਉਹ ਜਿਹੜਾ ਕਰਟਨ ਪਰੇ ਕਰਨੇ ਸਿਖਾਉਂਦਾ ਹੁੰਦਾ। ਕਿੰਨੇ ਟਾਈਮ ਬਾਅਦ ਦਿਖਾਈ, ਟੂ ਗੁੱਡ ਸਪੈਸ਼ਲੀ ਤੇਰੇ ਲਈ। ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ ਵੀਰ ਜੀ, ਥੈਂਕ ਯੂ ਜੀ। ਪਤਾ ਹੋਣਾ ਗਿਟਾਰ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋ ਰਿਹਾ।
ਸੋਹਣੀ ਸਮਾਈਲ ਦਿੱਤੀ ਆ। ਅੱਜ ਇਸ਼ਨੂਰ ਦੀ ਵੀ ਕਲਾਸ ਸ਼ੁਰੂ ਹੋ ਗਈ। ਕਾਫੀ ਕਿਵੇਂ ਸੀ? ਪੱਕਾ ਥੋੜੀ ਮਿਲਿਆ ਮੇਰੀ ਚਾਹ। ਉਹਨੂੰ ਆਇਆ ਵੀ ਬੰਦ ਕਿਉਂ ਹੋ ਗਿਆ? ਉਤਪਮ ਉਤਪਮ ਖਾਂਦਾ ਸੀ ਬੇਬੀ। ਪੀਪੂ ਨੇ ਬਣਾਇਆ ਵੈਰੀ ਟੇਸਟੀ। ਕਲੈਪਿੰਗ ਕਲੈਪਿੰਗ ਬੇਬੀ ਕਿੰਨਾ ਖੁਸ਼ ਹੋ ਕੇ ਖਾਂਦਾ ਸੀ। ਆ ਲੈ ਆ ਲੈ ਖਾ ਲੋ ਖਾਲੋ 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 ਵੈਰੀ ਟੇਸਟੀ ਹੈਪੀ ਹੈਪੀ ਬੇਬੀ। ਜਿਵੇਂ ਗ੍ਰੀਕ ਯੋਗਟ ਹੁੰਦਾ ਇਹ ਸੁਧਾਰ ਯੋਗਟ ਆ। ਜਾਣਾ ਦੀਦੀ ਕੋਲ? ਚਲੋ ਜੀ ਚਿਪਸ ਲੈਣੇ ਆ। ਚਿਪਸ ਇਹਨੂੰ ਬਸ ਚਿਪਸ ਦੇ ਦੋ ਹੁਣ ਸਾਰਾ ਕੁਛ ਹੋ। ਅੱਜ ਭਾਬੀ ਜੀ ਹੋਣੀ ਤੇ ਵੀਰ ਜੀ ਆਏ ਨੇ। ਆ ਸਾਰਾ ਕੰਮ ਵੀਰ ਜੀ ਨੇ ਕੀਤਾ। ਅੱਜ ਭਾਬੀ ਜੀ ਇੰਸਪੈਕਸ਼ਨ ਕਰਨ ਆਏ ਨੇ। ਕਿਵੇਂ ਲੱਗਿਆ ਫਿਰ ਤੁਹਾਨੂੰ? ਹਾਂ ਤੁਸੀਂ ਅੱਜ ਆਏ ਹੋ ਨਾ ਕਿੰਨੇ ਟਾਈਮ ਬਾਅਦ। ਕਿਵੇਂ ਲੱਗਿਆ ਫਿਰ ਵੀਰ ਜੀ ਦਾ ਕੰਮ ਦੱਸੋ? ਜੈਸ ਪ੍ਰਤਾਪ ਉਹ ਦੇਖੋ ਕੌਣ ਆਇਆ? ਉਹ ਮਾਮਾ ਜੀ ਕੀਤੀ। ਕੌਣ ਆਇਆ? ਕਿੰਨਾ ਖੁਸ਼ ਹੋ ਰਹੇ ਨਾ ਦੇਖ ਕੇ। ਗਿਟਾਰ ਸੁਣ ਕੇ ਤਾਂ ਇੰਨਾ ਖੁਸ਼ ਹੁੰਦਾ। ਉਹ ਦੇਖੋ ਸਟ੍ਰਿੰਗ ਨੂੰ ਦਾ
ਦੇਖੋ ਮੈਂ ਪਿੱਛੋਂ ਆਪਣੇ ਆਪ ਨੂੰ ਵੀ ਪਾ ਸਕਦੀ ਹਾਂ ਦੋ ਵਾਰੀ ਜੱਫੀ ਪਾਉ ਅੱਧੀ ਇਧਰੋਂ ਅੱਧੀ ਉਧਰੋਂ ਮੋਮ ਤੁਸੀਂ ਵੀ ਪਾਲ ਦਿੱਤੀ ਸ਼ਰਨੀ ਤੂੰ ਜਿੰਨੀਆਂ ਮਰਜ਼ੀ ਅੱਡੀਆਂ ਚੱਕ ਲੈ ਰਹੀ ਤੁਸੀਂ ਇੰਨੀ ਗਰਮੀ ਗਰਮੀ ਗੁਰਮੀ ਦਾ ਚਾਚਾ ਜੀ ਵਧਾਈਆਂ ਤੁਹਾਨੂੰ ਮੁੰਡੇ ਦਾ ਦੁੱਧ ਦਾ ਮਿੱਠਾ ਕਰਾਓ ਠੀਕ ਹੈ ਨਾ ਪੂਰਾ ਕੰਮ ਗੜਬੜ ਜਾ ਮੂੰਹ ਮਿੱਠਾ ਕਰਾਓ ਬਈ ਵੈਰੀ ਗੁੱਡ ਲਓ ਜੀ ਕਮਾਲ ਕਰਤੀ ਮੇਰੀ ਭਰਜਾਈ ਨੇ ਮੰਮੀ ਚਾਚਾ ਜੀ ਤਾਂ ਇੰਨੇ ਖੁਸ਼ ਹੋਏ ਨੇ ਨਾ ਬਹੁਤ ਜ਼ਿਆਦਾ ਖੁਸ਼ ਹੋਏ ਮੈਂ ਆਪ ਤੇ ਫੋਨ ਤੇ ਗੱਲ ਕੀਤੀ ਸੀ ਬੜਾ ਰੋਏ ਚਾਚਾ ਜੀ ਉਹ ਫੋਨ ਤੇ ਪੂਰਾ ਬੋਲ ਸਾਰੇ ਨਾਲ ਹੈ ਮੇਰੇ ਕੋਲ ਐਸਾ ਵੀ ਨਹੀਂ ਦੇਦਾ ਮੇਰੇ ਫੋਨ ਆ ਮੈਂ ਆਹ ਕਿਵੇਂ ਦੇਖੀ ਜਾਂਦਾ ਉਹ ਦੇਖੀ ਜਾਂਦਾ ਉਹ ਲਿਆਓ ਜੀ ਆਓ ਜੀ ਆਓ ਜੀ ਬਾਹਰ ਦੇਖੋ ਕਿੰਨੀ ਠੰਡੀ ਹਵਾ ਚੱਲ ਰਹੀ ਹੈ ਸਵੇਰੇ ਸਵੇਰੇ 8 ਵਜੇ ਨੇ ਮੇਰੀ ਆਵਾਜ਼ ਵੀ ਨਹੀਂ ਨਿਕਲ ਰਹੀ ਅਜੇ ਪਰ ਮੌਸਮ ਬਹੁਤ ਸੋਹਣਾ ਹੋ ਗਿਆ ਲਾਈਟ ਤਾਂ ਚਲੀ ਗਈ ਹਵਾ ਠੰਡੀ ਆ ਪੂਰੀ ਗਾਰਡਨ ਵੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਉਹ ਦੇਖੋ ਕਿੰਨੀ ਤੇਜ਼ ਆ ਉਹ ਉੱਡ ਰਿਹਾ ਦਰਖਤ ਉੱਡ ਨਹੀਂ ਰਿਹਾ ਮਤਲਬ ਹਵਾ ਨਾਲ ਹਿੱਲ ਰਿਹਾ ਇੰਡੀਆ 'ਚ ਜਸ ਪ੍ਰਤਾਪ ਦੀ ਪਹਿਲੀ ਬਾਰਿਸ਼ ਬੇਬੀ ਜਸ ਪ੍ਰਤਾਪ ਸ਼ੋ ਨਹੀਂ ਹੋਈ ਮੀਂਹ ਬੰਦੀ ਕਹਿੰਦੀ ਸੀ ਰੇਨ ਰੇਨ ਕਿੰਨਾ ਖੁਸ਼ ਆ ਉਹ ਜਸਪ੍ਰਤਾਪ ਰੇਨ 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 ਵਾਓ ਰੇਨ ਉੱਪਰ 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 ਰੇਨ ਬੰਦੇ ਸੀ ਵੈਰੀ ਹੈਪੀ ਬੇਬੀ ਜਸਪ੍ਰਤਾਪ ਨੂੰ ਗਾਰਡਨ ਬਹੁਤ ਸੋਹਣਾ ਲੱਗਦਾ ਜਸਪ੍ਰਤਾਪ ਓਏ ਹੈਪੀ ਹੈਪੀ ਬੇਬੀ ਏ ਵੈਰੀ ਗੁੱਡ ਵਾਓ ਸੋਹਣਾ ਬੇਬੀ ਉਹ ਡੱਕ ਕਿੱਥੇ ਆ ਇਹਨੂੰ ਕੀ ਡੱਕ ਕਿੱਥੇ ਡੱਕ ਓ ਸੀਨ
ਐਡਾ ਉਹਨੂੰ ਸਾਰਾ ਕੁਝ ਪਤਾ ਵੀ ਕਿੱਥੇ ਕੀ ਆ। ਉਹ ਦੇਖੋ ਆਂਟੀ ਜੀ ਆਏ ਨੇ, ਜਸ ਪ੍ਰਤਾਪ ਨੂੰ ਮਿਲਣ ਆਏ ਨੇ। ਉਹ ਦੇਖੋ ਜਪਨੀਤ ਲੈ ਕੇ ਜਾਈ ਆਂਟੀ ਜੀ ਕੋਲ। ਚਲੋ ਜੀ ਆ ਗਏ ਬਈ, ਵੈਰੀ ਗੁੱਡ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਦੇਖੋ ਪਰਿਵਾਰ ਰੁੜੇ ਆ ਉੱਪਰ ਥੱਲੇ ਫੋਟੋ ਖਿੱਚਣ ਲੱਗ ਗਏ ਸੀ ਨਾ ਕਿੱਥੇ, ਹੁਣ ਵੀਡੀਓ ਆਈ ਜਿਹੜੀ। ਹਾਂਜੀ ਹਾਂਜੀ, ਖਾਲੀ ਨਦੀ ਸੀ ਉਹ, ਇੱਕ ਅਚਾਨਕ ਪਾਣੀ ਆ ਗਿਆ। ਹਾਂ ਜਿਹੜੇ ਇਕੱਠੇ ਗੜੇ ਸੀ, ਹਾਏ ਹਾਂ ਕਿਵੇਂ ਗੜੇ ਸੀ, ਹਾਏ ਇੱਕ ਲੰਗੀ ਪਾਣੀ ਭਰਿਆ। ਦੇਖੋ ਕਿੰਨੇ ਸੋਹਣਾ। ਅੱਛਾ ਬਾਬਾ ਜੀ ਨੇ ਇੱਥੇ ਮੱਥਾ ਟੇਕ ਦੋ, ਬਾਬਾ ਜੀ ਮੱਥਾ ਟੇਕ ਦੋ, ਵੈਰੀ ਗੁੱਡ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਲੋ ਬਈ ਉਹ ਆਂਟੀ ਨਾਲ ਗਿਆ ਘੁੰਮਣ ਜਸਪੁਰ ਤਾਪ। ਸ਼ਾਨਦਾਰ ਆਂਟੀ ਨੂੰ ਦੇਖ ਕੇ ਖੁਸ਼ ਹੋ ਗਿਆ। ਦੇਖੋ ਇੱਕ ਅੰਬ ਉਹ ਲੱਗਿਆ ਮੇਰੀ ਪਹੁੰਚ ਤੋਂ ਬਹੁਤ ਦੂਰ ਆ, ਦਿਖਾਵਾਂ ਕਲੋਜ਼ ਕਰਕੇ ਕਿੱਥੇ ਆ ਮੈਨੂੰ ਵੀ ਨਹੀਂ ਦਿਖ ਰਿਹਾ ਕਿੱਧਰ ਗਿਆ। ਉਹ ਸੀ ਆ ਸੀ, ਇਹ ਮੇਰੀ ਪਹੁੰਚ ਤੋਂ ਬਹੁਤ ਦੂਰ ਆ। ਹਾਂ ਦੇਖੋ ਕਿੰਨੀ ਦੂਰ, ਮੌਸਮ ਤਾਂ ਸੋਹਣਾ ਹੋਇਆ ਅੱਜ। ਤੁਸੀਂ ਮੈਨੂੰ ਚੱਕ ਲਓ, ਮੈਂ ਟਰਾਈ ਕਰਾਂ। ਕੀ ਟਰਾਈ ਕਰਾਂ? ਤੁਸੀਂ ਮੈਨੂੰ ਚੱਕ ਕੇ ਮੈਂ ਤਬਲਾ ਵਜਾ ਦੋ ਬਈ, ਵਜਾਓ ਇਧਰੋਂ ਵੀ। ਹਾਂ ਮੈਨੂੰ ਵਜਾ ਲੈਣ ਦੋ, ਛੱਡੋ ਮੈਨੂੰ ਮੇਰਾ।
ਵਜਾਓ। ਵੈਰੀ ਗੁੱਡ, ਛੋਟੇ ਉਸਤਾਦ ਤਬਲਾ ਵਜਾਉਂਦੇ ਆ, ਵਜਾਓ ਧਾ ਧਾ ਧੀਨ ਤਾ ਕਿਟ ਧਾ ਧੀਨ ਤਾ ਟਿਟ ਗਦ ਗਦ ਗਨ ਧਾ ਧਾ। ਵੈਰੀ ਗੁੱਡ ਕਲੈਪਿੰਗ, ਵੈਰੀ ਗੁੱਡ, ਬਹੁਤ ਸੋਹਣੀ ਹੋਈ। ਹੋਰ ਜੋਸ਼ ਚੜ ਰਹੇ ਆ, ਕੰਮ ਕਰਾਉਂਦੇ ਨੇ ਮੇਰੇ ਤੋਂ, ਦੇਖੋ ਇਹਨਾਂ ਨੇ ਰੈਸਟ ਕਰਨਾ ਹੈ। ਕੰਮ ਨਹੀਂ ਕਰਾ ਰਹੀ, ਇਹਨੂੰ ਬਹੁਤ ਸ਼ੌਕ ਆ, ਕਹਿੰਦੀ ਸੀ ਵੀ ਜਦੋਂ ਮੈਂ ਆ ਗਈ ਨੂੰ ਤੁਸੀਂ ਸਾਰੇ ਆ ਰਹੇ ਸਾ, ਜਸ ਪ੍ਰਤਾਪ ਨਾਲ ਖੇਲਿਓ ਤੇ ਮੈਂ ਰਸੋਈ 'ਚ ਕੰਮ ਕਰੂ। ਹੁਣ ਕਰ ਕੰਮ, ਮੇਰੀ ਛੁੱਟੀ ਆ ਹੁਣ। ਲੈ ਮੇਰਾ ਪੁੱਤ ਲੈ ਲਓ, ਪਾਸੇ ਲਾ ਲਓ, ਪਾਸੇ ਲਾ ਲਓ, ਲੈ ਲਓ ਬਈ, ਉਹ ਜੇਬ 'ਚ ਪਾ ਲਓ, ਜੇਬ 'ਚ, ਪਾਕਿਟ ਵਿੱਚ ਪਾ ਲਓ, ਪਾਕਿਟ ਵਿੱਚ। ਨਹੀਂ ਕੁਛ ਨਹੀਂ ਕਰਦਾ, ਸਿਆਣਾ ਬੱਚਾ ਉਹ। ਕਿੱਥੇ ਆ ਪਾਸੇ, ਕਿੱਥੇ ਨੀ ਪਾਸੇ, ਉਹ ਦੇ ਦੋ ਸ਼ਮੀ ਮੰਮਾ ਨੂੰ, ਦੇ ਦੋ। ਉਹ ਜੀ ਪਾਸੇ ਕਿੱਥੇ ਨੇ, ਕੱਢ ਲੋ। ਏ ਕਿੱਥੇ ਕਿੱਥੇ ਕਿੱਥੇ, ਆ ਜੀ ਆ ਜੀ, ਪਾਕਿਟ ਵਿੱਚ ਪਾ ਲੇ ਪਾਸੇ, ਮੈਨੂੰ ਦੇ ਦੋ, ਇੱਥੇ ਦੇ ਦੋ, ਮੈਨੂੰ ਦੇ ਦੋ, ਦੇ ਦੋ ਮੈਨੂੰ, ਦੇ ਦੋ ਰੀਪੀ ਭੂਆ ਨੂੰ, ਦੇ ਦੋ, ਦੇ ਦੋ ਰੀਪੀ ਭੂਆ ਨੂੰ, ਦੇ ਦੋ, ਦੇ ਦੋ, ਲੈ ਲਾ, ਅੱਛਾ ਲੈ ਲੋ ਫਿਰ, ਲੈ ਲੋ।